ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਇੱਕ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਪਟਵਾਰੀ ਪ੍ਰੀਨੋ ਲੈ ਕੇ ਆ ਚੁੱਕਾ ਹੈ ਜਿਸ ਦੇ ਵਿੱਚ ਪੋਸਟਾਂ ਦੇ ਬਾਰੇ ਵਿੱਚ ਅਪਡੇਟ ਆਇਆ ਹੋਇਆ ਹੈ ਜੀ ਕੀ ਕੀ ਇਹਦੇ ਵਿੱਚ ਅਪਡੇਟ ਆਇਆ ਹੈ ਕੀ ਕੀ ਤੁਹਾਡੇ ਲਈ ਜ਼ਰੂਰੀ ਰਹਿਣ ਵਾਲਾ ਤੇ ਕਿਹੜੇ-ਕਿਹੜੇ ਕੈਂਡੀਡੇਟਸ ਇਹਨੂੰ ਇਫੈਕਟ ਕਰਨਗੇ ਸੋ ਉਹ ਸਾਰੀ ਇਨਫੋਰਮੇਸ਼ਨ ਮੈਂ ਅੱਗੇ ਵੀਡੀਓ 'ਚ ਤੁਹਾਨੂੰ ਦਵਾਂਗਾ ਸੋ ਤੁਸੀਂ ਫਸਟ ਟਾਈਮ ਚੈਨਲ ਤੇ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਦੀਆਂ ਬੈਲ ਆਈਕਨ ਵੀ ਦਬਾ ਲਿਓ ਦੀ ਗੱਲ ਕਰੀਏ ਤਾਂ ਹੋਰ ਕਈ ਵੈਕੈਂਸੀਸ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹਾਂ ਮੈਂ ਤੋਰ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟਡ ਹੈ ਟਾਈਮ ਸਿਰ ਲੈ ਕੇ ਆਂਦਾ ਹੀ ਰਵਾਂਗਾ ਜੁੜੇ ਰਹਿਣਾ ਸਾਡੇ ਨਾਲ ਔਰ ਸਾਡੀ ਵੈਬਸਾਈਟ meetacademy.xyz ਉੱਥੋਂ ਵੀ ਸਾਰੇ ਜੌਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਅਗਰ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅ ਚੱਲਦੇ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਇਹ ਨੋਟੀਫਿਕੇਸ਼ਨ ਜਿਹੜਾ ਜੀ ਪਟਵਾਰੀਆਂ ਦੀ ਭਰਤੀ ਨੂੰ ਕਾਉਂਸਲਿੰਗ ਦੇ ਰਿਲੇਟਿਡ ਲੈ ਕੇ ਆਇਆ ਹੋਇਆ ਜੋ ਕਿ 4/8/2022 ਨੂੰ ਆਇਆ ਸੀਗਾ ਦੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਿਹੜਾ ਇਸ਼ਤਿਹਾਰ ਨੰਬਰ 01/2021 ਅਧੀਨ ਮਾਲ ਪਟਵਾਰੀ ਦੀਆਂ 1090 ਸਾਮੀਆਂ ਦੇ ਨਤੀਜੇ ਰਹੀ ਚੁਣੇਗੇ ਐਸਐਮ ਜਨਰਲ ਸੈਲਫ ਕੈਟਾਗਰੀ ਅਤੇ ਮਿਤੀ 21/7 ਨੂੰ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਜ਼ਿਲ੍ਹਾ ਦੀ ਵੰਡ ਅਲਾਟਮੈਂਟ ਹੈਡ ਲਿਖ ਕੇ ਸ਼ੈਡਿਊਲ ਅਨੁਸਾਰ ਦਫ਼ਤਰ ਡਾਇਰੈਕਟੋਰੇਟ ਪੋਰ ਰਿਕਾਰਡ ਪੰਜਾਬ ਕਪੂਰਥਲਾ ਰੋਡ ਜਲੰਧਰ ਵਿਖੇ ਕੀਤੀ ਜਾਵੇਗੀ ਸੋ 2022 ਨੂੰ ਸਮਾ ਸਵੇਰੇ 10:00 ਵਜੇ ਤੋਂ ਲੈ ਕੇ 1:00 ਵਜੇ ESM ਜਨਰਲ ਸੈਲਫ ਦੀ ਗਿਣਤੀ ਜਿਹੜੀ 30 ਜੋਗ ਉਮੀਦਵਾਰਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ ਤੇ ਪਈ ਹੋਈ ਹੈ ਉਹ ਕੈਂਡੀਡੇਟ ਜਿਹੜੇ ਨੇ 10 8 2022 ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੇ ਆ ਪਹੁੰਚਣਗੇ ਔਰ ਬਾਕੀ ਜਿਹੜੇ ਉਹ ਕੈਂਡੀਡੇਟਸ ਹੋਣਗੇ 10 8 2022 ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਨੇ ਉਹ ਰਹਿਣਗੇ ਸੋ 21 ਸਤ ਜਿਹੜੇ 2022 ਨੂੰ ਜਿਹੜੇ ਵੱਖ-ਵੱਖ ਕੈਟਾਗਰੀ ਦੇ ਗੈਰ ਹਾਜ਼ਰ ਕੈਂਡੀਡੇਟ ਸੀਗੇ ਉਹ ਜਿਹੜੇ ਨੇ ਉਹਨਾਂ ਨੇ ਇੱਥੇ ਆਣਾ ਹੈ ਤੇ 13 ਪੋਸਟਾਂ ਸੀਗੀਆਂ 46 ਉਮੀਦਵਾਰ ਦੀ ਸੂਚੀ ਵਿੱਚੋਂ ਸੋ ਇਸ ਸੂਚੀ ਦੇ ਵਿੱਚ ਵੈੱਬਸਾਈਟ ਤੇ ਪਈ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜਿਹੜੇ 13 ਕੈਂਡੀਡੇਟ ਗੈਰ ਹਾਜ਼ਰ ਸੀਗੇ ਉਹ ਇੱਥੇ ਪਹੁੰਚਣਗੇ ਸੋ ਇਸ ਤੋਂ ਬਾਅਦ ਉਤਰ ਸੁਖਦੇਵ ਸਿੰਘ ISMSRO ਸੈਲਫ ਇੱਕ ਉਮੀਦਵਾਰ ਜਿਹੜਾ ਹੈ 21 ਉਮੀਦਵਾਰਾਂ ਦੀ ਸੂਚੀ ਦੇ ਵਿੱਚੋਂ ਉਹ ਵੀ ਗੈਰ ਹਾਜ਼ਰ ਸੀਗੇ ਉਹ ਵੀ ਜ਼ਰੂਰ 10 8 2022 ਸਮਾਂ ਸਵੇਰੇ 2 ਵਜੇ ਜ਼ਰੂਰ ਪਹੁੰਚਣ ਠੀਕ ਹੈ ਜੀ ਕਾਉਂਸਲਿੰਗ ਸੰਬੰਧੀ ਹਦਾਇਤਾਂ ਵੈੱਬਸਾਈਟ ਤੇ ਆਲਰੇਡੀ ਹੈਗੀਆਂ ਨੇ ਜੋ ਕਿ plrrs.org.in ਤੇ ਨੇ ਜਾਂ ਫਿਰ www.revenue.punjab.gov.in ਤੇ ਵੀ ਤੁਸੀਂ ਜਿਹੜੇ ਚੈੱਕ ਕਰ ਸਕਦੇ ਹੋ ਸੋ ਤੁਹਾਡੀ ਕਿਸੇ ਵੀ ਰਿਲੇਟਿਡ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਉਦ ਲਈ ਤੁਸੀਂ ਇਹ ਨੰਬਰ ਦਿੱਤੇ ਹੋਏ ਨੇ ਜੀ ਇਹਨਾਂ ਨੰਬਰਸ ਦੇ ਉੱਪਰ ਤੁਸੀਂ ਜਿਹੜਾ ਹੈ ਉਹ ਕਾਲ ਕਰ ਸਕਦੇ ਹੋ ਸੋ ਇਹ ਨੋਟੀਫਿਕੇਸ਼ਨ ਹੈ ਜਿਹੜੇ ਕਿ ਇਹਨਾਂ ਨੇ ਜਾਰੀ ਕੀਤਾ ਹੈ ਜੀ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਕੌਨਸਲਿਡਿਟਡ ਸੋ ਤੁਸੀਂ ਅਗਰ ਇਹਦੇ ਲਈ ਐਲੀਜੀਬਲ ਹੋ ਤੁਸੀਂ ਅਪਲਾਈ ਕੀਤਾ ਸੀਗਾ ਅਲਜਾ ਕੈਂਡੀਡੇਟ ਸਿਲੈਕਟ ਹੋਏ ਨੇ ਜ਼ਰੂਰ ਆਪਣਾ ਟਾਈਮ ਸਿਰ ਪਹੁੰਚੋ ਕਿਉਂਕਿ ਬਹੁਤ ਮੁਸ਼ਕਲ ਨਾਲ ਜਿਹੜੀ ਨੌਕਰੀਆਂ ਨੇ ਮਿਲਦੀਆਂ ਨੇ ਸੋ ਤੁਸੀਂ ਜ਼ਰੂਰ ਪਹੁੰਚਣਾ ਹੈ ਜੀ ਅਗਰ ਤੁਹਾਡੇ ਕੈਂਡੀਡੇਟ ਕੋਈ ਵੀ ਤੁਹਾਡੇ ਨੀਅਰਬਾਈ ਵੀ ਹੈਗੇ ਨੇ ਜਾਂ ਤੁਹਾਡੇ ਨੌਨਚ ਨੇ ਜ਼ਰੂਰ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰ ਦੇਣਾ ਤਾਂਕਿ ਉਹਨਾਂ ਦਾ ਵੀ ਥੋੜਾ ਭਲਾ ਹੋ ਸਕੇ ਸੋ ਇਹ ਸੀਗਾ ਜੀ ਅੱਜ ਦਾ ਅ